ਤੇ ਹਾਂਜੀ ਮਿੱਤਰੋ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਵੱਡਾ ਵੀਰਾਂ ਯੂਟਿਊਬ ਚੈਨਲ ਤੇ ਬਈ ਅੱਜ ਦੇਖੋ ਕਾਲੀ ਅੱਟ ਲੜ ਕੇ ਆਇਆ ਬਈ ਲੜਾਈ ਹੋ ਗਈ ਪਹਿਲਾਂ ਆਪਣੀ ਤੇ ਕਿ ਨਾ ਆਪਣਾ ਦਾਗ ਅੰਦਰ ਰੱਖ ਲਈਏ ਤੇ ਕਾਲੀ ਅੱਟ ਨਾਲ ਬਈ ਇੱਥੇ ਗੈਂਗਾਂ ਵਾਲੀਆਂ ਨੇ ਉਹਨਾਂ ਨਾਲ ਬਈ ਲੜਾਈ ਹੋ ਗਈ ਸੀ ਆਪਣੀ ਤੇ ਅੱਜ ਦੀ ਵੀਡੀਓ 'ਚ ਬਈ ਤੁਹਾਨੂੰ ਪਤਾ ਹੀ ਆ ਪਿਛਲੀ ਵੀਡੀਓ 'ਚ ਆਪਾਂ ਲੈ ਕੇ ਆਏ ਸੀਗੇ ਬਈ 4 ਟਰੈਕਟਰ ਤੇ ਕਿਆ ਹੀ ਬਾਤਾਂ ਤੇ ਅੱਜ ਦੀ ਵੀਡੀਓ 'ਚ ਬਈ ਇੱਕ ਤਾਂ ਆਪਾਂ ਕਰਾਉਣਾ ਇਹਨੂੰ ਮੋਡੀਫਾਈ ਤੇ ਇੱਕ ਤੁਹਾਨੂੰ ਜਿਵੇਂ ਕਿ ਯਾਦ ਆਊਗਾ ਆਪਣੇ ਲਵੇ ਸੀਗੀ ਬਈ ਥਾਰ ਨਵੇਂ ਸਟਾਈਲ ਦੀ ਯਾਨੀ ਕਿ ਉਹ ਬਈ ਮੋਡ ਆਪਾਂ ਕਰਾਈ ਸੀਗੀ ਪਰ ਉਹਦਾ ਜਿਹੜਾ ਲਾਸਟ ਟਾਇਰ ਸੀਗਾ ਨਾ ਫਿਫਥ ਉਹ ਮੋਡ ਨਹੀਂ ਸੀ ਹੋਇਆ ਬਈ ਤੇ ਕਿਰਾ ਆਪਾਂ ਟਰੈਕਟਰ ਲੈ ਕੇ ਇੱਥੋਂ ਚੱਲਦੇ ਹਾਂ ਤੇ ਟ੍ਰੇਨ ਨਾਲ ਬਈ ਰੇਸ ਲਾ ਕੇ ਦੇਖੀਏ ਅਤੇ ਬਈ ਆਪਣਾ ਟਰੈਕਟਰ ਅੱਗੇ ਨੰਗੂ ਨੰਗਿਆ ਬਾਈ ਬਾਈ ਤੁਸੀਂ ਸੋਚਦੇ ਹੋਵੋਗੇ ਬਈ ਆਪਣਾ ਟਰੈਕਟਰ ਇੰਨਾ ਭੱਜਦਾ ਕਿਵੇਂ ਆ ਅਤੇ ਬਈ ਇਹ ਭੱਜਦਾ ਇੱਦਾਂ ਵੀ ਕਾਲੀ ਅੱਟ ਨੇ ਬਈ ਥੋੜ੍ਹੀ ਜਿਹੀ ਦੀ ਰੇਸ ਖੋਲ੍ਹੀ ਸੀ ਬਈ ਘਰ ਹੀ ਮਿਸਤਰੀ ਪੁਣਾ ਕੀਤਾ ਸੀਗਾ ਅਤੇ ਉਹਦੇ ਕਰਕੇ ਬਈ ਥੋੜ੍ਹਾ ਜਿਹਾ ਭੱਜਣ ਲੱਗ ਗਿਆ ਅਤੇ ਹੁਣ ਬਈ ਪਹਿਲਾਂ ਆਪਾਂ ਬੈਨੀ ਦੁਕਾਨ 'ਤੇ ਲਾਈ ਨਿਸ਼ਾਨ ਅਤੇ ਬੈਨੀ ਦੁਕਾਨ ਇੱਧਰ ਆ ਦੇਖੋ ਬਈ ਬੈਨੀ ਦੁਕਾਨ ਆ ਸੀ ਅਤੇ ਬੈਨੀ ਦੁਕਾਨ 'ਤੇ ਆਪਾਂ ਨਿਸ਼ਾਨ ਤਾਂ ਲਾ ਲਿਆ ਹੋਇਆ ਬੈਨੀ ਲਵੇ ਚੱਲੀਏ ਅਤੇ ਉੱਥੇ ਕਰਾਉਣੀ ਟਰੈਕਟਰ ਨੂੰ ਮੋਡੀਫਾਈ ਅਤੇ ਦੇਖਦੇ ਹਾਂ ਅਤੇ ਟਰੈਕਟਰ 'ਤੇ ਬਈ ਕੀ ਲਾਉਣਾ ਇੱਕ ਤਾਂ ਹੁੱਡ ਲਾ ਦਾਂਗੇ ਬਈ ਉੱਤੇ ਵਧੀਆ ਜੀ ਅਤੇ ਰੇਸ ਖੋਲ੍ਹ ਦਾਂਗੇ ਬੰਬੀਏ ਅਤੇ ਬ੍ਰੇਕਾਂ ਇੰਜਣ ਦਾ ਕੰਮ ਕਰਾ ਦਾਂਗੇ ਹੋਰ ਮੂਹਰੇ ਬੰਪਰ ਵੀ ਲਵਾ ਦਾਂਗੇ ਬਾਈ ਅਤੇ ਲਓ ਮਿੱਤਰੋ ਬੈਨੀ ਦੁਕਾਨ 'ਤੇ ਆ ਗਏ ਟਰੈਕਟਰ ਕਰ ਦਿੰਦੇ ਇੱਥੇ ਪਾਰਕ ਅਤੇ ਇੱਥੇ ਲਾ ਦਿੰਦੇ ਹਾਂ ਬਾਈ ਅਤੇ ਲਓ ਮਿੱਤਰੋ ਟਰੈਕਟਰ ਗੇਰਾਂ ਕਰਤਾ ਹੋਇਆ ਪਾਰਕ ਅਤੇ ਬੈਨੀ ਨੂੰ ਆਪਾਂ ਕਰਕੇ ਫੋਨ ਦੱਸ ਦਿੰਦੇ ਹਾਂ ਵੀ ਟਰੈਕਟਰ ਆਪਾਂ ਖੜਾ ਤਾ ਕਰ ਦੀ ਲੋਟ ਲਓ ਵੀ ਮਿੱਤਰੋ ਬੈਨੀ ਨਾਲ ਗੱਲ ਹੋ ਗਈ ਉਹ ਕਹਿੰਦਾ ਖੜਾ ਜਾ ਕੋਈ ਚੱਕਰ ਨਹੀਂ ਆ ਇੱਥੇ ਆਪਣਾ ਹੀ ਏਰੀਆ ਕੋਈ ਚੱਕਦਾ ਨਹੀਂ ਟਰੈਕਟਰ 'ਤੇ ਆ ਦੇਖੋ ਬਈ ਆਹ ਗੱਡੀ ਮੋਡੀਫਿਕੇਸ਼ਨ ਲਈ ਆਈ ਆ ਉਹ ਤਾਂ ਬਈ ਆਪਣੇ ਨਾਲ ਦਾ ਕਿਸਦਾ ਮੋਟਰਸਾਈਕਲ ਆ ਅਤੇ ਆ ਵੀ ਗੱਡੀ ਘੈਂਟ ਆ ਉਹ ਇੰਜਣ ਬਈ ਬਾਹਰ ਨੂੰ ਕੱਢਿਆ ਪਿਆ ਇਹ ਤਾਂ ਸਿਰੇ ਲੱਗਦੀ ਆ ਮੈਨੂੰ ਭੱਜਣ ਨੂੰ ਅਤੇ ਹੁਣ ਕਿਹੜਾ ਬਈ ਇੱਥੋਂ ਆਪਾਂ ਚੱਲੀਏ ਅਤੇ ਹੁਣ ਬਈ ਕਿਹੜਾ ਆਪਾਂ ਜਾਣਾ ਘਰ ਨੂੰ ਹਾਂ ਘਰ ਨੂੰ ਜਾਣਾ ਬਈ ਆਪਾਂ ਜਾ ਰਿਹਾ ਘਰ ਅਤੇ ਘਰੋਂ ਬਈ ਥੋੜ੍ਹੇ ਪੈਸੇ ਚੱਕਣੇ ਆ ਆਪਾਂ ਅਤੇ ਪੈਸੇ ਚੱਕ ਕੇ ਅੱਜ ਬਈ ਇੱਕ ਸੌਦਾ ਕਰਨਾ ਆਪਾਂ ਥਾਰ ਦਾ ਅਤੇ ਪੁਰਾਣੇ ਮਾਡਲ ਦੀ ਬਈ ਥਾਰ ਆਪਾਂ ਲੈ ਆਉਣੀ ਅੱਜ ਅਤੇ ਜਿਹੜੀ ਆਪਣੇ ਨਵੇਂ ਨਵੇਂ ਮਾਡਲ ਦੀ ਆ ਬਈ ਉਹ ਕਰਤੀ ਅਤੇ ਆਪਾਂ ਸੈੱਲ ਅਤੇ ਬਈ ਉਹਦੀ ਇੰਨੀ ਲੁੱਕ ਵੀ ਨਹੀਂ ਬਣਦੀ ਬਈ ਪੁਰਾਣੇ ਮਾਡਲ ਦੀ ਜਿਹੜੀ ਗੱਲਬਾਤ ਆ ਉਹ ਸਿਰ ਆਈ ਆ ਬਈ ਗੱਡੀ ਤਾਂ ਵੀ ਵਧੀਆ ਬਈ ਇਹ ਇੰਡੀਅਨ ਨਹੀਂ ਹੈਗੀ ਜੇ ਇੰਡੀਅਨ ਹੁੰਦੀ ਆਪਾਂ ਚੱਕ ਲੈਣੀ ਤੀ ਓਹੋ ਬਾਈ ਡਰਿਫਟ ਕਿਆ ਮਾਰੀ ਆ ਬਾਈ ਕਿਆ ਮਾਰੀ ਆ ਡਰਿਫਟ ਇੱਧਰ ਬਾਈ ਫਰੈਂਕਲਿਨ ਦੀ ਆਂਟੀ ਯੋਗਾ ਕਰਨ ਲੱਗੀ ਪਈ ਆ ਅਤੇ ਆਪਾਂ ਕੱਪੜੇ ਬਦਲ ਲਏ ਅਤੇ ਕੱਪੜੇ ਵੀ ਗੰਦੇ ਹੋਏ ਪਏ ਸੀ ਬਾਹਲ ਯਾਰ ਅਤੇ ਪੈਸੇ ਵੀ ਚੱਕ ਲਏ ਬਾਈ ਆਪਾਂ ਆਪਣੀ ਗੱਡੀ ਲੈ ਚੱਲੀਏ ਕਿ ਬਾਈ ਦੂਈ ਗੱਡੀ ਲੈ ਚੱਲੀਏ ਆਪਣੀਆਂ ਲੈ ਚੱਲਦੇ ਹਾਂ ਬਾਈ ਆਪਣੀ ਚਨਿਆਰਾ ਓਹੋ ਬਾਈ ਗੱਡੀ ਓਹੋ ਬਾਈ ਗੱਡੀ ਆਪਾਂ ਅੱਗੇ ਲਾ ਤੀ ਉਹ ਆਪਣੀ ਗੱਡੀ ਨੂੰ ਥੋੜ੍ਹੀ ਪ੍ਰੋਬਲਮ ਹੋਊ ਨਿਕਲਣ ਕਲੀਨਿਕ ਤਾਂ ਬਾਈ ਚੱਲੇਗੀ ਅਤੇ ਚਲੋ ਬਈ ਮਿੱਤਰੋ ਹੁਣ ਆਪਾਂ ਜਿਹਨਾਂ ਨਾਲ ਡੀਲ ਕਰਨੀ ਉਹਨਾਂ ਨੂੰ ਸੱਦੀਏ ਅਤੇ ਲਓ ਵੀ ਮਿੱਤਰੋ ਉਹਨਾਂ ਨੂੰ ਆਪਾਂ ਫੋਨ ਕਰਤਾ ਅਤੇ ਉਹ ਕਹਿੰਦੇ ਦੱਸ ਬਾਈ ਕਿੱਥੇ ਆਈਏ ਅਤੇ ਆਪਾਂ ਉਹਨਾਂ ਨੂੰ ਲੋਕੇਸ਼ਨ ਦੇ ਤੀ ਬਾਈ ਬੀਚ ਦੀ ਅਤੇ ਹੁਣ ਆਪਾਂ ਬੀਚ 'ਤੇ ਜਾਣਾ ਅਤੇ ਬਾਈ ਐਵੇਂ ਬੀਚ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਅਤੇ ਉੱਦਾਂ ਬਈ ਬੰਦਾ ਉਲਝ ਜਾਂਦਾ ਓਹੋ ਬਾਈ ਮਾੜੀ ਜਿਹੀ ਟੱਚ ਹੋ ਗਈ ਨਹੀਂ ਨਿਕਲ ਚੱਲੀ ਸੀ ਅਤੇ ਲਓ ਵੀ ਮਿੱਤਰੋ ਆਪਾਂ ਕੀਤਾ ਉਹਨਾਂ ਨੂੰ ਫੋਨ ਅਤੇ ਬਈ ਇੱਕ ਹੋ ਗਈ ਪ੍ਰੋਬਲਮ ਕਹਿੰਦੇ ਬਈ ਜਿਹੜੀ ਥਾਰ ਆ ਬਈ ਉਹ ਆ ਨਹੀਂ ਹੋਈ ਕਿਉਂਕਿ ਬਾਈ ਉਹ 'ਚ ਕੋਈ ਪ੍ਰੋਬਲਮ ਆ ਗਈ ਟੈਕਨੀਕਲ ਪ੍ਰੋਬਲਮ ਆ ਗਈ ਪਰ ਬਈ ਗੱਡੀ ਇੱਕ ਹੋਰ ਲਿਆਉਂਦੀ ਆ ਤੁਹਾਡੇ ਵਾਸਤੇ ਅਤੇ ਕਿਉਂਕਿ ਬਾਈ ਪਤਾ ਹੀ ਆ ਫਰੈਂਕਲਿਨ ਆ ਜਿਹੜਾ ਆਫ ਰੋਡਿੰਗ ਦਾ ਪੂਰਾ ਸ਼ੌਕੀਨ ਆ ਅਤੇ ਉਹਨੂੰ ਬਾਈ ਗੱਡੀ ਕੋਈ ਨਾ ਕੋਈ ਚਾਹੀਦੀ ਆ ਅਤੇ ਬਈ ਗੱਡੀ ਆ ਲਿਆਉਂਦੀ ਆ ਕਿਹੜਾ ਚੈੱਕ ਕਰੋ ਅਤੇ ਆ ਬਈ ਓਨਰ ਆ ਇਹਦਾ ਇੱਥੇ ਗੱਲਾਂ ਮਰੀ ਜਾਂਦੇ ਨੇ ਅਤੇ ਆਹ ਬੁੜਾ ਇੱਧਰ ਗੱਡੀ ਨੂੰ ਦੇਖ ਰਿਹਾ ਬਾਈ ਕਿਉਂਕਿ ਬਈ ਗੱਡੀ ਏਡੇ ਏਡੇ ਟਾਇਰਾਂ ਵਾਲੀ ਆਹ ਦੇਖੋ ਬਈ ਆਹ ਖੜੀ ਆ ਰੇਂਜ ਰੋਵਰ ਬਾਈ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਆਹ ਰੇਂਜ ਰੋਵਰ ਖੜੀ ਆ ਬਈ ਆਪਣੀ ਗੱਡੀ ਜਿਹੜੀ ਇਹਨਾਂ ਲਿਆ ਕੇ ਦਿੱਤੀ ਆਪਾਂ ਨੂੰ ਆਫ ਰੋਡਿੰਗ ਵਾਸਤੇ ਅਤੇ ਬਈ ਆਫ ਰੋਡਿੰਗ ਵਾਸਤੇ ਗੱਡੀ ਇਹ ਵੀ ਵਧੀਆ ਪਰ ਬਈ ਆਹ ਥਾਰ ਦੀ ਅੱਡੇ ਗੱਲ ਸੀ ਅਤੇ ਬਈ ਇਹਨਾਂ ਨਾਲ ਆਪਾਂ ਗੱਲ ਕਰ ਲਈ ਆ ਅਤੇ ਕਹਿੰਦੇ ਕੋਈ ਚੱਕਰ ਨਹੀਂ ਤੈਨੂੰ ਥਾਰ ਲਿਆ ਦਾਂਗੇ ਅਗਲੀ ਗਰੀ ਉਹਨੇ ਗਰੀ ਬਈ ਤੂੰ ਆ ਚਲਾ ਅਤੇ ਚਲੋ ਹੁਣ ਆਪਾਂ ਇੱਥੋਂ ਇਹਨੂੰ ਲੈ ਕੇ ਚੱਲਦੇ ਹਾਂ ਬਾਈ ਉੱਚੀ ਹੈ ਬਹੁਤ ਆ ਬਾਈ ਚਾਰੇ ਟਾਇਰ ਮੁੜਦੇ ਨੇ
ਹੈਗੀ ਗੱਲ ਬਾਈ, ਹੈਗੀ ਗੱਲ, ਹੈਗੀ ਗੱਲ, ਕਿਆ ਬਾਤ ਬਾਈ, ਕਿਆ ਬਾਤ ਆ। ਓਏ ਹੋਏ ਬਾਈ, ਉੱਤੇ ਦੀ ਨੰਘੀ। ਅਤੇ ਕਮੈਂਟ 'ਚ ਜ਼ਰੂਰ ਦੱਸਿਓ ਬਾਈ ਕਿਵੇਂ ਲੱਗੀ ਤੁਹਾਨੂੰ ਆਪਣੀ ਗੱਡੀ। ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ। ਵੀਡੀਓ ਵਧੀਆ ਲੱਗੀ ਲਾਈਕ, ਸ਼ੇਅਰ, ਕਮੈਂਟ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਜਲਦੀ ਬਾਈ ਥਾਰ ਵੀ ਲੈ ਕੇ ਆਵਾਂਗੇ। ਚੱਲ ਦੈਨ, ਬਾਏ ਬਾਏ।